ਪੰਜਾਬ ਦੀ ਸਿਆਸਤ ਵਿੱਚ ਅੱਜ ਕੱਲ੍ਹ ਸਿੱਧੂ ਅਤੇ ਮਜੀਠੀਆ ਮੇਣੋ ਮੇਣੀ ਹੁੰਦੇ ਦਿਖਾਈ ਦਿੰਦੇ ਨੇ। ਕਦੇ ਨਵਜੋਤ ਸਿੰਘ ਸਿੱਧੂ ਬਿਕਰਮ ਮਜੀਠੀਆ ਨੂੰ ਤਸਕਰ ਲੁਟੇਰਾ ਅਤੇ ਹੋਰ ਬੜਾ ਕੁਝ ਆਖ ਦਿੰਦੇ ਆ, ਅਤੇ ਕਦੇ ਮਜੀਠੀਆ ਨਵਜੋਤ ਸਿੱਧੂ ਨੂੰ ਨਾਚਾ ਵਿਕਾਊ ਅਤੇ ਪਿਓ ਬਦਲਣ ਵਾਲਾ ਠੋਕੋ ਤਾਲੀ ਮੰਤਰੀ ਤੱਕ ਕਹਿ ਦਿੰਦੇ ਆ। ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਬਿਕਰਮ ਮਜੀਠੀਆ 'ਤੇ ਹਮਲਾ ਕੀਤਾ ਹੈ। ਨਵਜੋਤ ਕੌਰ ਸਿੱਧੂ ਦਾ ਕਹਿਣਾ ਕਿ ਬਿਕਰਮ ਮਜੀਠੀਆ ਨੇ ਹੀ ਅਕਾਲੀ ਦਲ ਨੂੰ ਇਸ ਹਾਲਤ ਵਿੱਚ ਲਿਆਂਦਾ ਹੈ ਅਤੇ ਸੁਖਬੀਰ ਦੀ ਬਰਬਾਦੀ ਦਾ ਅਸਲ ਕਾਰਨ ਬਿਕਰਮ ਮਜੀਠੀਆ ਹੈ। ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਆਪਣੀ ਕਮਜ਼ੋਰੀ ਵੀ ਦੱਸੀ ਹੈ ਕਿ ਕਿਉਂ ਵਾਰ ਵਾਰ ਸਿੱਧੂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ। ਇੱਕ ਹੀ ਪਰਿਵਾਰ ਹੈ ਇਸ ਪੰਜਾਬ ਮੇਂ ਜੋ ਇਹ ਗੰਦਗੀ ਕੀ ਸੋਚ ਰੱਖਤਾ ਹੈ, ਔਰ ਵੋ ਬਾਦਲ ਪਰਿਵਾਰ ਔਰ ਮਜੀਠੀਆ ਪਰਿਵਾਰ ਹੈ। ਮਜੀਠੀਆ ਔਰ ਵੀ ਰਿਸਪੋਂਸੀਬਲ ਹੈ ਕਿਉਂਕਿ ਉਸਨੇ ਸੁਖਬੀਰ ਬਾਦਲ ਕੋ ਬਰਬਾਦ ਕੀਆ। ਸਭਸੇ ਬੜੀ ਜੋ ਨੈਗੇਟਿਵ ਪੁਆਇੰਟ ਹੈ ਸਿੱਧੂ ਮੇਂ ਐਜ਼ ਅ ਪੋਲੀਟੀਸ਼ੀਅਨ ਸਿੱਧੂ ਪਰਿਵਾਰ ਮੇਂ, ਵੋ ਹੈ ਉਨਕੀ ਇਮਾਨਦਾਰੀ। ਇਮਾਨਦਾਰੀ, ਉਨਕਾ ਬੜਬੋਲਾਪਨ ਕਿ ਵੋ ਹਰ ਚੀਜ਼ ਬੋਲ ਦੇਤੇ ਹੈ। ਵੋ ਡਰਾਇੰਗ ਰੂਮਸ ਮੇਂ ਬੈਠ ਕੇ ਬਾਤੇਂ ਨਹੀਂ ਕਰਤੇ। ਉਨ੍ਹੋਂਨੇ ਪੰਜਾਬ ਕੋ ਲੁੱਟਣਾ ਨਹੀਂ ਹੈ, ਲੁੱਟਨੇ ਦੇਣਾ ਵੀ ਨਹੀਂ ਹੈ। ਤੋ ਵੋ ਇੱਕ ਬਹੁਤ ਬੜਾ ਤਕਲੀਫ ਕਾ ਕਾਰਨ ਹੈ ਲੋਕੋ ਕੇ ਲੀਏ, ਕਿਉਂਕਿ ਲੋਕ ਸੱਤਾ ਮੇਂ ਆਤੇ ਤੋ ਸੋਚਤੇ ਹੈ ਸ਼ਾਇਦ ਇਹ ਹਮਾਰਾ ਇੱਕ ਮੋਰਲ ਵੋ ਬਣ ਗਿਆ ਹੈ ਕਿ ਇੱਕ ਤਾਕਤ ਹਮੇਂ ਇਹ ਮਿਲੀ ਹੈ ਕਿ ਹਮ ਕੁਛ ਵੀ ਕਰ ਸਕਤੇ ਹੈਂ, ਜਿਸਮੇਂ ਕਰਪਸ਼ਨ ਵੀ ਹੈ, ਵੋ ਵੀ ਹੈ, ਖੁਦ ਵੀ ਪੈਸੇ ਬਣਾਉਣਾ ਵੀ ਹੈ, ਵੋ ਵੀ ਆ ਜਾਤਾ ਹੈ। ਤੋ ਸਿੱਧੂ ਪਰਿਵਾਰ ਐਸਾ ਹੈ ਜੋ ਕਹਿਤਾ ਹੈ ਹਮ ਪੰਜਾਬ ਬਣਾਨੇ ਆਏ ਹੈਂ। ਤੋ ਇਸ ਲਈ ਹਮਾਰੇ, ਪਰ ਆਪ ਇਹ ਮਤ ਸੋਚੋ, ਹਮਾਰੇ ਦੁਸ਼ਮਣ ਸਿਰਫ 5% ਲੋਕ ਹੈ, ਸਿਰਫ 5% ਲੋਕ ਹੈ ਜਿਨਕੋ ਲਗਤਾ ਹੈ, ਵੋ ਜੋ ਚਲੇ ਗਏ ਜਿਨਕੋ ਲਗਤਾ ਹੈ ਇਹ ਦੁਬਾਰਾ ਹਮੇਂ ਆਨੇ ਨਹੀਂ ਦੇਂਗੇ, ਔਰ ਵੋ ਜੋ ਕਹਿਤੇ ਹੈ ਕਿ ਹਮ ਅਬ ਪਾਵਰ ਮੇਂ ਆਏ ਹੈ, ਹਮੇਂ ਗਲਤ ਕਰਨੇ ਨਹੀਂ ਦੇ ਰਹੇ। ਪਰ ਆਪ ਇਹ ਬਾਤ ਯਾਦ ਰੱਖੇ ਕਿ ਪੰਜਾਬ ਕੇ ਲੋਕ ਹਮਾਰੇ ਸਾਥ। ਸਿੱਧੂ ਜੋੜਾ ਅਤੇ ਬਿਕਰਮ ਮਜੀਠੀਆ ਲਗਾਤਾਰ ਆਮੋ ਸਾਹਮਣੇ ਹੁੰਦੇ ਦਿਖਾਈ ਦਿੰਦੇ ਨੇ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਕਿਉਂਕਿ 2019 ਦੀਆਂ ਚੋਣਾਂ ਸਿਰ 'ਤੇ ਨੇ। ਦਾ ਪੰਜਾਬ ਟੀਵੀ।